ਸਤਿ ਸ਼੍ਰੀ ਅਕਾਲ ਸਾਥੀਓ, ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਾਥੀਓ, ਪੰਜਾਬ ਦੇ ਵਿੱਚ ਜਿਸ ਤਰ੍ਹਾਂ ਭਗਵੰਤ ਸਿੰਘ ਅਬਦਾਲੀ ਰਾਜ ਕਰ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਡਿਕਟੇਟਰਸ਼ਿਪ ਰਾਜ ਚੱਲ ਰਿਹਾ, ਜਿਵੇਂ ਕਿ ਅਹਿਮਦ ਸ਼ਾਹ ਅਬਦਾਲੀ ਕਰਦਾ ਹੁੰਦਾ ਸੀ, ਹੁਣ ਭਗਵੰਤ ਸਿੰਘ ਅਬਦਾਲੀ ਉਸ ਤਰ੍ਹਾਂ ਦੇ ਰਾਜ ਕਰ ਰਿਹਾ ਪੰਜਾਬ ਦੇ ਵਿੱਚ। ਇਹੀ ਰਾਜ ਪਹਿਲਾਂ 10 ਸਾਲ ਸੁਖਬੀਰ ਸਿੰਘ ਬਾਦਲ ਨੇ ਕੀਤਾ, ਪਰ ਜਿਹੜੇ ਅਜਿਹੇ ਰਾਜ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਲੋਕ ਆਉਣ ਵਾਲੇ ਟਾਈਮ ਦੇ ਵਿੱਚ ਚੱਲਦਾ ਕਰ ਦਿੰਦੇ ਆ, ਕਿਉਂਕਿ 10 ਸਾਲ ਸੁਖਬੀਰ ਸਿੰਘ ਬਾਦਲ ਨੇ ਵੀ ਲੋਕਾਂ ਦੇ ਉੱਤੇ ਧੱਕੇ ਕੀਤੇ, ਤਸ਼ੱਦਦ ਕੀਤੀ ਤੇ ਵੈਂਡੇਟਾ ਪੋਲੀਟਿਕਸ ਕੀਤੀ। ਤੇ ਭਗਵੰਤ ਮਾਨ ਸਰਕਾਰ ਆਉਣ ਤੋਂ ਪਹਿਲਾਂ ਇਹ ਗੱਲ ਕਰਦਾ ਸੀ ਕਿ ਜਿਹੜੀ ਸਾਡੀ ਸਰਕਾਰ ਹੋਊਗੀ ਉਹ ਸਾਫ ਸੁਥਰੀ ਸਰਕਾਰ ਹੋਊਗੀ, ਅਸੀਂ ਕਿਸੇ ਦੇ ਨਾਲ ਵੈਂਡੇਟਾ ਪੋਲੀਟਿਕਸ ਬਿਲਕੁਲ ਨਹੀਂ ਕਰਾਂਗੇ, ਅਸੀਂ ਵੈਂਡੇਟਾ ਪੋਲੀਟਿਕਸ ਪੰਜਾਬ ਚੋਂ ਖਤਮ ਕਰ ਦੇਵਾਂਗੇ, ਆਮ ਲੋਕਾਂ ਦਾ ਰਾਜ ਹੋਊਗਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਊਗਾ। ਪਰ ਤੁਸੀਂ ਦੇਖੋ, ਬੜੀ ਮੈਂ ਕਹਿੰਦਾ ਬੇਸ਼ਰਮੀ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ, ਪੰਜਾਬ ਪੁਲਿਸ ਤੋਂ ਇਸ ਤਰ੍ਹਾਂ ਗਲਤ ਕੰਮ ਕਰਵਾਏ ਜਾ ਰਹੇ ਆ ਕਿ ਇਸ ਤਰ੍ਹਾਂ ਦੀ ਤਸ਼ੱਦਦ ਕਰਵਾਈ ਜਾ ਰਹੀ ਆ ਕਿ ਲੋਕਾਂ ਦੇ ਉੱਤੇ ਇੱਕ ਦਹਿਸ਼ਤ ਬਣਾਉਣ ਲਈ। ਤੁਸੀਂ ਦੇਖੋ, ਹੁਣ ਅੱਜ ਸਵੇਰੇ ਸਾਡੇ ਹਲਕਾ ਭੁਲੱਥ ਤੋਂ ਵਿਧਾਇਕ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਉੱਪਰ 2015 ਦਾ ਐਨ ਡੀ ਪੀ ਐਸ ਦਾ ਮੁਕੱਦਮਾ, ਜਿਹਦੀ ਕਿ ਸੁਪਰੀਮ ਕੋਰਟ ਨੇ ਕੁਐਸ਼ ਕਰਤਾ, ਖਾਰਜ ਕਰਤਾ, ਉਸੇ ਮੁਕੱਦਮੇ ਨੂੰ ਦੁਬਾਰਾ ਭਗਵੰਤ ਮਾਨ ਨੇ ਖਲਵਾ ਕੇ ਉਹਨਾਂ ਨੂੰ ਉਹਦੇ ਵਿੱਚ ਨਾਮਜ਼ਦ ਕਰ ਲਿਆ। ਉਹਦਾ ਕਾਰਨ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਪੰਜਾਬ ਦਾ ਪੁੱਤ ਆ, ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਗੱਲ ਕਰਦਾ, ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ, ਸੁਖਪਾਲ ਸਿੰਘ ਖਹਿਰਾ ਆਮ ਆਦਮੀ ਨੂੰ ਐਕਸਪੋਜ਼ ਕਰਦਾ, ਆਮ ਆਦਮੀ ਜੋ ਲੋਕਾਂ ਨਾਲ ਧੱਕੇ ਕਰ ਰਿਹਾ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਤੱਥਾਂ ਦੇ ਨਾਲ, ਤਾਂ ਕਰਕੇ ਸੁਖਪਾਲ ਖਹਿਰਾ ਇਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ। ਪਰ ਭਗਵੰਤ ਸਿੰਘ ਮਾਨ, ਤੁਹਾਨੂੰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਹੀ ਕੰਮ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀਗਾ, ਜੋ ਕੰਮ ਤੁਸੀਂ ਅੱਜ ਕਰ ਰਹੇ ਹੋ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਸਰਕਾਰਾਂ ਲੋਕ ਬਣਾਉਂਦੇ ਆ, ਲੋਕ ਹੀ ਸਰਕਾਰਾਂ ਨੂੰ ਸਿੱਟਦੇ ਆ, ਪਰ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਿਸੇ ਦੇ ਨਾਲ ਕਰਨਾ ਚਾਹੀਦਾ। ਤੁਸੀਂ ਸੱਚ ਦੀ ਆਵਾਜ਼ ਨਹੀਂ ਬੰਦ ਕਰ ਸਕੋਗੇ। ਸੁਖਪਾਲ ਸਿੰਘ ਖਹਿਰਾ ਦੇ ਉੱਤੇ ਤਾਂ 52 ਮੁਕੱਦਮੇ ਹੋਰ ਆ ਜਿਹਨਾਂ ਦੇ ਵਿੱਚੋਂ ਬਰੀ ਹੋ ਕੇ ਆ ਗਏ, ਤੇ ਮੁਕੱਦਮਿਆਂ ਦੇ ਵਿੱਚ ਉਹਨਾਂ ਨੇ ਇਹਨਾਂ ਦੇ ਵਿੱਚੋਂ ਵੀ ਬਰੀ ਹੋ ਕੇ ਆ ਜਾਣਾ, ਤੇ ਇਹਦੇ ਚੋਂ ਵੀ ਕੋਈ ਸੁੱਟਾ ਨਹੀਂ ਨਿਕਲਣਾ ਤੁਹਾਨੂੰ। ਤੇ ਤੁਸੀਂ ਦੂਜੇ ਪਾਸੇ ਕਹਿ ਰਹੇ ਹੋ ਕਿ ਜੀ ਅਸੀਂ ਏਦਾਂ ਦੀਆਂ ਕਾਰਵਾਈਆਂ ਤਾਂ ਕਰ ਰਹੇ ਹਾਂ ਕਿਉਂਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਚਾਹੁੰਦੇ ਹਾਂ। ਅੱਜ ਇਹਨਾਂ ਦੇ ਜਿਹੜੇ ਕਾਂਗਰਸ ਪਾਰਟੀ ਦੇ ਸਟੇਟਮੈਂਟ ਤੋਂ ਬਾਅਦ ਇਹਨਾਂ ਦੇ ਬੁਲਾਰੇ ਨੇ ਆਮ ਆਦਮੀ ਦੇ ਮਲਵਿੰਦਰ ਕੰਗ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਇਹ ਗੱਲ ਕੀਤੀ ਕਿ ਜੀ ਆਮ ਆਦਮੀ ਪਾਰਟੀ ਨਸ਼ਾ ਬੰਦ ਕਰਨਾ ਚਾਹੁੰਦੀ ਹੈ, ਜੇ ਨਸ਼ੇ ਨੂੰ ਬੰਦ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਵਿਰੋਧੀ ਧਿਰਾਂ ਏਦਾਂ ਦੀਆਂ ਕਾਰਵਾਈਆਂ ਦੇ ਖਿਲਾਫ ਨਾ ਬੋਲਣ। ਕਾਂਗਰਸ ਪਾਰਟੀ ਕਦੇ ਨਹੀਂ ਨਸ਼ੇ ਨੂੰ ਬੰਦ ਕਰਨ ਦੇ ਖਿਲਾਫ ਬੋਲੀ ਜਾਂ ਨਸ਼ੇ ਦੇ ਸੁਦਾਗਰਾਂ ਦੇ ਖਿਲਾਫ ਕਦੇ ਸਟੈਂਡ ਲਿਆ ਹੋਵੇ, ਪਰ ਕਾਂਗਰਸ ਪਾਰਟੀ ਉਸ ਬੰਦੇ ਦੇ ਹੱਕ ਦੇ ਵਿੱਚ ਜ਼ਰੂਰ ਖੜੂ ਜਿਸ ਬੰਦੇ ਨੇ ਪੰਜਾਬ ਦੇ ਵਿੱਚ ਹੱਕ ਦੇ ਵਿੱਚ ਆਵਾਜ਼ ਚੱਕੀ ਹੋਵੇ। ਤੁਹਾਡੇ ਰਾਜ ਦੇ ਤੁਸੀਂ ਨਸ਼ੇ ਬੰਦ ਕਰਨ ਦੀਆਂ ਗੱਲਾਂ ਕਰ ਰਹੇ ਹੋ, ਤੁਹਾਡੀ ਸਰਕਾਰ ਤੋਂ ਨਸ਼ਾ ਬੰਦ ਨਹੀਂ ਹੋਇਆ, ਉਸ ਤੋਂ ਬਾਅਦ ਝੋਟੇ ਵਰਗਿਆਂ ਨੇ ਨਸ਼ਾ ਬੰਦ ਕਰਾਉਣ ਦੀਆਂ ਗੱਲਾਂ ਕੀਤੀਆਂ, ਤੁਸੀਂ ਉਹਨਾਂ ਨੂੰ ਅੰਦਰ ਕਰ ਦਿੱਤਾ। ਭਾਨੇ ਸਿੱਧੂ ਨੇ ਗੱਲ ਕੀਤੀ, ਤੁਸੀਂ ਭਾਨੇ ਸਿੱਧੂ ਨੂੰ ਚੱਕ ਕੇ ਅੰਦਰ ਕਰ ਦਿੱਤਾ, ਕਿੰਨਿਆਂ ਕੁ ਨੂੰ ਕਰ ਲਓਗੇ, ਕਿੰਨਿਆਂ ਕਿਤੇ ਮੁਕੱਦਮੇ ਦਰਜ ਕਰ ਲਓਗੇ। ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਆ ਜਾਂ ਆਮ ਲੋਕ ਆ ਉਹ ਕਿਸੇ ਗੱਲ ਤੋਂ ਨਹੀਂ ਡਰਦੇ। ਅੱਜ ਤੁਸੀਂ ਖਟਕੜ ਕਲਾਂ ਦੇ ਵਿੱਚ ਜਾ ਕੇ ਭਗਤ ਸਿੰਘ ਦੀਆਂ ਗੱਲਾਂ ਕਰਦੇ ਹੋ, ਕੀ ਭਗਤ ਸਿੰਘ ਇੱਦਾਂ ਕਹਿ ਕੇ ਗਿਆ ਸੀ ਕਿ ਲੋਕਾਂ ਨੂੰ ਜਾਅਲੀ ਕੇਸਾਂ ਦੇ ਵਿੱਚ ਫਸਾਇਆ ਜਾਵੇ?
ਲੋਕਾਂ ਦੇ ਨਾਲ ਧੱਕੇ ਕੀਤੇ ਜਾਣ। ਸੋ ਭਗਵੰਤ ਮਾਨ ਜੀ, ਮੈਂ ਤੁਹਾਨੂੰ ਫਿਰ ਬੇਨਤੀ ਕਰਦਾ, ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਮੁੱਖ ਮੰਤਰੀ ਬਣਦੇ ਜਾਂਦੇ ਆ, ਪਰ ਲੋਕ ਉਹਨਾਂ ਨੂੰ ਯਾਦ ਕਰਦੇ ਆ ਜਿਹੜੇ ਲੋਕਾਂ ਲਈ ਚੰਗਾ ਕੰਮ ਕਰਦੇ ਆ। ਜੇ ਤੁਸੀਂ ਕੋਈ ਚੰਗਾ ਕੰਮ ਕਰੋ, ਅਸੀਂ ਉਸ ਨੂੰ ਸਲਾਹਾਂਗੇ ਵੀ। ਜੇ ਤੁਸੀਂ ਬਿਜਲੀ ਮਾਫ਼ ਕਰਨ ਦੀ ਗੱਲ ਕੀਤੀ ਜਾਂ ਕਿੰਨਾ ਲੋਕਾਂ ਦੇ ਵੀ ਫਾਇਦਾ ਕੀਤਾ, ਅਸੀਂ ਕਿਹਾ ਵੀ ਆਮ ਆਦਮੀ ਨੇ ਚੰਗਾ ਕੰਮ ਕੀਤਾ। ਜਦੋਂ ਤੁਸੀਂ ਗੱਲ ਕੀਤੀ ਤੁਹਾਡੀ ਸਰਕਾਰ ਬਣੀ, ਸਾਡੇ ਵਰਗੇ ਨੌਜਵਾਨਾਂ ਨੇ ਵੀ ਆਸ ਰੱਖੀ ਵੀ ਸਰਕਾਰ ਵਾਕਈ ਹੀ ਕੋਈ ਬਦਲਾਅ ਲੈ ਕੇ ਆਊਗੀ, ਪਰ ਬਦਲਾਅ ਏਦਾਂ ਦਾ ਬਦਲਾਅ। ਅੱਜ ਤੁਹਾਡਾ ਬੁਲਾਰਾ ਇਹ ਗੱਲ ਕਰ ਰਿਹਾ ਸੀ ਕਿ ਸੁਖਪਾਲ ਸਿੰਘ ਖਹਿਰੇ ਦੇ ਜਿਹੜੇ ਮੁੰਡੇ ਦੇ ਵਿਆਹ ਦੇ ਉੱਤੇ ਖਰਚਾ ਹੋਇਆ ਉਹਦੀ ਇਨਕਮ ਨਾਲ ਵੱਧ ਹੋਇਆ। ਮੈਂ ਪੁੱਛਣਾ ਚਾਹੁੰਦਾ ਜਿਹੜਾ ਰਾਘਵ ਚੱਡੇ ਦੇ ਵਿਆਹ ਦੇ ਉੱਤੇ ਖਰਚਾ ਹੋਇਆ, ਕੀ ਰਾਘਵ ਚੱਡੇ ਨੇ ਆਈ ਟੀ ਆਰਾਂ ਭਰੀਆਂ 2.5 ਲੱਖ ਦੀਆਂ ਤੇ ਕਿੰਨੇ ਕਰੋੜਾਂ ਰੁਪਏ ਲੱਗ ਗਏ? 10-10 ਲੱਖ ਰੁਪਏ ਦੇ ਕਮਰੇ ਲੈ ਗਏ ਉੱਥੇ ਕਿਰਾਏ ਦੇ ਉੱਤੇ, ਇੱਕ ਇੱਕ ਦਿਨ ਦੇ ਲਈ। ਸੋ ਤੁਸੀਂ ਝੂਠ ਆ ਜਿਹੜਾ, ਕੁਫਰ ਨਾ ਤੋਲੋ ਕਿ ਸੁਖਪਾਲ ਖਹਿਰੇ ਦੇ ਪਰਿਵਾਰ ਦੇ ਵਿੱਚ ਜਿਹੜੇ ਬੱਚਿਆਂ ਦੇ ਉੱਤੇ ਵਿਆਹਾਂ ਦੇ ਖਰਚੇ ਉਹ ਬਹੁਤ ਜ਼ਿਆਦਾ ਹੋਏ ਸੀ। ਉਹ ਸਾਰੀਆਂ ਚੀਜ਼ਾਂ ਇਸ ਚੀਜ਼ ਨਾਲ ਕੋਰਲੇਟ ਕਰਦੀਆਂ ਕਿ ਸੁਖਪਾਲ ਖਹਿਰੇ ਕੋਲ ਇੱਧਰ ਨਸ਼ਾ ਤਸਕਰਾਂ ਦਾ ਪੈਸਾ ਆਉਂਦਾ ਸੀ। ਉਹ ਯਾਰ, ਕੋਈ ਤਾਂ ਰੱਬ ਤੋਂ ਡਰੋ। ਰੱਬ ਦੀ ਜਿਹੜੀ ਇੱਕ ਡਾਂਗ ਹੁੰਦੀ ਆ ਉਹ 'ਚ ਆਵਾਜ਼ ਨਹੀਂ ਹੁੰਦੀ। ਤੁਸੀਂ ਦੇਖੋ, ਭਗਵੰਤ ਮਾਨ ਜੀ ਬੇਨਤੀ ਕਰਦਾ, ਤੁਸੀਂ ਦੇਖੋ ਕਿੰਨੇ ਮਾਪਿਆਂ ਤੋਂ ਤੁਸੀਂ ਦਰਸੀਸਾ ਲਈ ਜਾਂਦੇ ਹੋ, ਕਿੰਨਿਆਂ ਦੇ ਢਿੱਡਾਂ ਦੇ ਵਿੱਚੋਂ ਤੁਹਾਨੂੰ ਅਸੀਸਾਂ ਦੀ ਥਾਂ ਤੇ ਦਰਸੀਸਾਂ ਮਿਲ ਰਹੀਆਂ ਨੇ। ਮੂਸੇ ਵਾਲੇ ਦਾ ਪਰਿਵਾਰ ਹੋ ਗਿਆ, ਹੋਰ ਕਿੰਨੇ ਬੱਚੇ ਨਸ਼ੇ ਦੇ ਨਾਲ ਮਰ ਗਏ, ਤੁਸੀਂ ਉਹਨਾਂ ਚੀਜ਼ਾਂ 'ਚ ਇੰਨੀ ਗੌਰ ਨਹੀਂ ਕਰ ਰਹੇ। ਸੋ ਮੈਨੂੰ ਤੁਹਾਨੂੰ ਬੇਨਤੀ ਆ ਕਿ ਅਸੀਂ ਨਸ਼ੇ ਦੇ ਵਿਰੁੱਧ ਆ, ਨਸ਼ੇ ਦੇ ਵਿਰੁੱਧ ਜਿੰਨਾ ਕਾਂਗਰਸ ਪਾਰਟੀ ਨੇ ਧਰਨੇ ਲਾਏ ਆ ਜਾਂ ਕਾਂਗਰਸ ਪਾਰਟੀ ਇਹਦੇ ਖਿਲਾਫ਼ ਬੋਲ ਰਹੀ ਆ, ਉਨਾ ਸ਼ਾਇਦ ਕੋਈ ਨਹੀਂ ਬੋਲ ਰਿਹਾ। ਅਤੇ ਬਾਕੀ ਪੰਜਾਬ ਪੁਲਿਸ ਦੇ ਜਿਹੜੇ ਮੇਰੇ ਸਾਥੀ ਆ ਉਹਨਾਂ ਨੂੰ ਵੀ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ, ਵੀਰੋ ਉਹ ਜਿਹਾ ਕੰਮ ਨਾ ਕਰੋ। ਸਰਕਾਰਾਂ ਆਉਣਗੀਆਂ, ਸਰਕਾਰਾਂ ਚਲੀਆਂ ਜਾਣਗੀਆਂ, ਪਰ ਉਹ ਜਿਹਾ ਕੰਮ ਨਾ ਕਰੋ ਕਿ ਤੁਸੀਂ ਕਿਸੇ ਦੇ ਨਾਲ ਆਪਦੀਆਂ ਦੁਸ਼ਮਣੀਆਂ ਪਾਓ। ਦੇਖੋ, ਮਨੁੱਖੀ ਤਸ਼ੱਦਦ ਹੋਈ, ਉਸ ਤੋਂ ਬਾਅਦ ਅੱਜ ਭੁਗਤ ਕੌਣ ਰਿਹਾ? ਜਿਨ੍ਹਾਂ ਨੇ ਕੀਤੀ, ਜਿਨ੍ਹਾਂ ਨੇ ਕਰਵਾਈ ਉਹ ਨਹੀਂ ਭੁਗਤ ਰਹੇ? ਜਿਹੜੇ ਵਿਚਾਰੇ ਅਫਸਰਾਂ ਨੇ ਕੀਤੀ ਉਹਨਾਂ ਦੀ ਮਜਬੂਰੀ ਕੀ ਰਹੀ? ਕਿਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਨੇ ਵਕੀਲ ਦੇ ਨਾਲ ਧੱਕਾ ਕੀਤਾ, ਉਹਦੇ ਨਾਲ ਮਨੁੱਖੀ ਤਸ਼ੱਦਦ ਕੀਤਾ ਮੁਕਤਸਰ ਸਾਹਿਬ ਦੇ ਵਿੱਚ? ਉਹ ਅਫਸਰ ਭੁਗਤ ਰਹੇ ਆ, ਉਹ ਮੁਲਾਜ਼ਮ ਭੁਗਤ ਰਹੇ ਆ। ਹੁਣ ਉਹਨਾਂ ਦੀਆਂ ਨੌਕਰੀਆਂ ਗਈਆਂ, ਹੁਣ ਉਹਨਾਂ ਦੇ ਮਤਲਬ ਪਰਿਵਾਰ ਪਿੱਛੋਂ ਪਰੇਸ਼ਾਨੀ ਦੇ ਵਿੱਚ ਆ। ਇਹ ਕਰਾਉਣ ਵਾਲਿਆਂ ਦਾ ਕੁਛ ਨਹੀਂ ਜਾਂਦਾ। ਦੋ ਵਕਤ ਦੀ ਆਪਾਂ ਰੋਟੀ ਖਾਣੀ ਆ, ਹੱਕ ਦੀ ਖਾਇਆ ਕਰੋ। ਜੇ ਕੋਈ ਤੁਹਾਨੂੰ ਗਲਤ ਕੰਮ ਵਾਸਤੇ ਕਹਿੰਦਾ ਉਹਨੂੰ ਕਹਿ ਦਿਆ ਕਰੋ ਨਹੀਂ ਕਰਨਾ ਜੀ, ਅਤੇ ਜੇ ਕੋਈ ਤੁਹਾਨੂੰ ਇਹ ਗੱਲ ਕਹਿੰਦਾ ਵੀ ਗਲਤ ਨੂੰ ਸਹੀ ਕਰੋ ਤਾਂ ਵੀ ਕਹਿ ਦਿਆ ਕਰੋ ਜੀ ਨਹੀਂ ਇਹ ਗਲਤ ਆ। ਬਾਕੀ ਮੈਂ ਤੁਹਾਨੂੰ ਪੰਜਾਬ